ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਬਣਾਉਂਦੇ ਹਾਂ ਕੱਦੂ ਆਂਡੇ ਅਤੇ ਬੇਸਣ ਦੇ ਪਕੌੜੇ। ਹਾਂਜੀ, ਇਹਨਾਂ ਲਈ ਆਪਾਂ ਨੂੰ ਬਹੁਤ ਘੱਟ ਸਮਾਨ ਚਾਹੀਦਾ ਹੈ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਕੱਦੂ, ਪਿਆਜ਼, ਲਸਣ ਅਤੇ ਅਦਰਕ ਲੈ ਲਿਆ ਹੈ। ਹਾਂਜੀ, ਕੱਦੂ ਨੂੰ ਆਪਾਂ ਕੱਦੂਕਸ਼ ਕਰਕੇ, ਹਾਂਜੀ ਚੰਗੀ ਤਰ੍ਹਾਂ ਛਿੱਲ ਕੇ ਕੱਦੂਕਸ਼ ਕਰ ਲੈਣਾ ਹੈ। ਅਤੇ ਨਾਲ ਹੀ ਜਿਹੜਾ ਆਪਾਂ ਪਿਆਜ਼ ਆ ਅਤੇ ਲਸਣ ਅਦਰਕ ਜਿਹੜਾ ਉਹ ਵੀ ਆਪਾਂ ਕੱਦੂਕਸ਼ ਕਰ ਲੈਣਾ ਹੈ। ਇਹਨੂੰ ਆਪਾਂ ਕੱਦੂਕਸ਼ ਕਰਕੇ ਆਪਾਂ ਇਹਦੇ ਵਿੱਚ ਇੱਕ ਜਿਹੜਾ ਇੱਕ ਕਟੋਰੀ ਬੇਸਣ ਆ ਜਿਹੜਾ ਉਹ ਆਪਾਂ ਮਿਲਾ ਲੈਣਾ ਹੈ। ਹਾਂਜੀ, ਅਤੇ ਨਾਲ ਹੀ ਜਿਹੜੇ ਆਪਾਂ ਆਪਣੇ ਮਸਾਲੇ ਆ ਉਹ ਆਪਣੇ ਸਵਾਦ ਅਨੁਸਾਰ ਲੈਣੇ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਲਵਾਂਗੇ ਲਾਲ ਮਿਰਚ ਪਾਊਡਰ, ਲੂਣ, ਹਲਦੀ ਪਾਊਡਰ ਅਤੇ ਧਨੀਆ ਪਾਊਡਰ, ਜੀਰਾ ਪਾਊਡਰ। ਇਸ ਤਰ੍ਹਾਂ ਨਾ ਆਪਣੇ ਜਿਹੜੇ ਪਕੌੜੇ ਬਹੁਤ ਟੇਸਟ ਬਣਦੇ ਆ। ਹਾਂਜੀ, ਹੁਣ ਆਪਾਂ ਇਹਦੇ ਵਿੱਚ ਮਿਲਾਵਾਂਗੇ ਆਂਡੇ। ਆਂਡੇ ਆਪਾਂ ਭੰਨ ਕੇ ਇਹਦੇ ਵਿੱਚ ਮਿਲਾ ਲੈਣੇ ਆ। ਉਬਾਲਣੀ ਨਹੀਂ, ਆਪਾਂ ਇਹਨੂੰ ਕੱਚੇ ਮਿਲਾਉਣਾ ਹੈ। ਹਾਂਜੀ, ਦੇਖਿਓ ਜਿਹੜੇ ਆਪਣੇ ਪਕੌੜੇ ਆ ਬਹੁਤ ਟੇਸਟ ਬਣਨਗੇ। ਇਸ ਤਰ੍ਹਾਂ ਦੀਆਂ ਰੈਸਪੀਆਂ ਜਿਹੜੀਆਂ ਬਹੁਤ ਟੇਸਟ ਬਣਦੀਆਂ ਹੈ। ਹਾਂਜੀ, ਕੱਦੂ ਵੈਸੇ ਤਾਂ ਕਈ ਲੋਕ ਖਾਣਾ ਪਸੰਦ ਨਹੀਂ ਕਰਦੇ, ਪਰ ਜੇ ਆਪਾਂ ਇਸ ਤਰ੍ਹਾਂ ਦੀਆਂ ਰੈਸਪੀਆਂ ਬਣਾਵਾਂਗੇ ਨਾ ਕੱਦੂ ਤੋਂ, ਜਿਵੇਂ ਕਿ ਕੱਦੂ ਦਾ ਰਾਇਤਾ ਹੋ ਗਿਆ, ਕੱਦੂ ਦਾ ਕੱਦੂ ਦੇ ਪਕੌੜੇ ਹੋ ਗਏ, ਕੋਫਤੇ ਹੋ ਗਏ, ਇਸ ਤਰ੍ਹਾਂ ਕੱਦੂ ਜਿਹੜਾ ਵਰਤ ਵਿੱਚ ਲਿਆਂਦਾ ਜਾ ਸਕਦਾ ਹੈ। ਹਾਂਜੀ, ਹੁਣ ਆਪਾਂ ਦੇਖੋ ਇਹਦਾ ਇੱਕ ਪੇਸਟ ਤਿਆਰ ਕਰ ਲਿਆ ਹੈ। ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਤੇਲ ਗਰਮ ਕਰਾਂਗੇ। ਗਰਮ ਤੇਲ ਕਰਕੇ ਆਪਾਂ ਇਹਦੇ ਵਿੱਚ ਪਕੌੜੇ ਤਲਾਂਗੇ, ਜਿਵੇਂ ਆਪਾਂ ਗੋਭੀ ਆਲੂ ਦੇ ਪਕੌੜੇ ਤਲਦੇ ਹਾਂ ਬਿਲਕੁਲ ਉਸੇ ਤਰ੍ਹਾਂ ਤਲਦੇ ਹਾਂ। ਹਾਂਜੀ, ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਆਪਾਂ ਆਪਣਾ ਪੇਸਟ ਪਾਈ ਜਾਣਾ ਹੈ ਤੇਲ ਦੇ ਵਿੱਚ। ਤੇਲ ਆਪਣਾ ਜਿਹੜਾ ਠੰਡਾ ਨਹੀਂ ਹੋਣਾ ਚਾਹੀਦਾ, ਪੂਰਾ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਜੀ। ਹਾਂਜੀ, ਦੇਖੋ ਜਿਹੜੇ ਆਪਣੇ ਪਕੌੜਿਆਂ ਦਾ ਕਲਰ ਇਸ ਤਰ੍ਹਾਂ ਬਣ ਗਏ, ਬਿਲਕੁਲ ਉਹਨਾਂ ਪਕੌੜਿਆਂ ਵਰਗਾ ਜਿਹੜੇ ਜਿਵੇਂ ਕਿ ਆਪਾਂ ਗੋਭੀ ਆਲੂ ਦੇ ਪਕੌੜੇ ਬਣਾਉਂਦੇ ਹਾਂ। ਹਾਂਜੀ, ਅੱਗ ਆ ਜਿਹੜੀ ਉਹ ਆਪਣੀ ਘੱਟ ਹੀ ਹੋਣੀ ਚਾਹੀਦੀ, ਕਿਉਂਕਿ ਇਹਨਾਂ ਨਾ ਜਿਹੜੇ ਵਿੱਚੋਂ ਚੰਗੀ ਤਰ੍ਹਾਂ ਪੱਕ ਜਾਣ। ਹਾਂਜੀ, ਦੇਖੋ ਆਪਣੇ ਪਕੌੜੇ ਜਿਹੜੇ ਬਣ ਕੇ ਕਿੱਦਾਂ ਤਿਆਰ ਹੋਏ ਆ। ਹਾਂਜੀ, ਦੇਖੋ ਆਪਾਂ ਦੂਜਾ ਪੂਰ ਵੀ ਪਾ ਲਿਆ ਏ। ਜਿਸ ਤਰ੍ਹਾਂ ਕੱਦੂ ਦੇ ਪਕੌੜੇ ਤੁਸੀਂ ਬਣਾ ਸਕਦੇ ਹੋ, ਬਸ ਥੋੜ੍ਹੀ ਜਿਹੀ ਮਿਹਨਤ ਚਾਹੀਦੀ ਹੈ, ਜ਼ਿਆਦਾ ਸਮਾਨ ਨਹੀਂ ਲਾ ਦੇਣਾ। ਅਤੇ ਦੇਖੋ ਆਪਣੇ ਪਕੌੜੇ ਆਪਾਂ ਇੱਕ ਕੱਦੂ ਤੋਂ ਕਿੰਨੇ ਸਾਰੇ ਪਕੌੜੇ ਤਿਆਰ ਕਰ ਲਏ ਆ। ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਰੈਸਪੀ ਕਿੱਦਾਂ ਦੀ ਲੱਗੀ। ਹਾਂਜੀ, ਧੰਨਵਾਦ।